ਹਾਂਜੀ ਇਹ 27 ਤਰੀਕ ਰਾਤ ਨੂੰ ਪੱਠੇ ਦੇ ਉੱਤੇ ਪੱਠੇ ਦੀ ਮਾਲਕਨ ਰਸ਼ਪਾਲ ਕੌਰ ਸੀਗੇ ਜਿਹਨੂੰ ਦੋ ਮੋਟਰਸਾਈਕਲ ਸਵਾਰ ਆਏ ਸੀ ਜਿਨ੍ਹਾਂ ਨੇ ਆਪਣੇ ਚਿਹਰਿਆਂ ਦੇ ਉੱਤੇ ਹੈਲਮਟ ਪਾਏ ਹੋਏ ਸੀਗੇ ਉਹ ਇੱਕ ਪਿਛਲਾ ਸਵਾਰ ਉਤਰ ਕੇ ਉਹਨਾਂ ਨੂੰ ਤੇਜ਼ ਧਾਰ ਹਥਿਆਰ ਨਾਲ ਉਹਦੇ ਧੌਣ 'ਤੇ ਕੱਟ ਲਾ ਗਿਆ ਸੀ ਜਿਨ੍ਹਾਂ ਦੀ ਬਾਅਦ 'ਚ ਦੌਰਾਨੇ ਇਲਾਜ ਹੋਸਪਿਟਲ 'ਚ ਮੌਤ ਹੋ ਗਈ ਸੀ ਉਹਨਾਂ ਦੀ ਬੇਟੀ ਦੇ ਬਿਆਨ ਦੇ ਉੱਤੇ ਉਹਨਾਂ ਦੇ ਕੁਛ ਪਿੰਡ ਦੇ ਬੰਦੇ ਸੀ ਅਤੇ ਕੁਛ ਉਹਨਾਂ ਦੇ ਰਿਲੇਟਿਵ ਸੀ ਜਿਨ੍ਹਾਂ 'ਤੇ ਉਹ ਸ਼ੱਕ ਜ਼ਾਹਰ ਕਰਦੇ ਸੀ ਪਰਚਾ ਦਰਜ ਕੀਤਾ ਸੀ ਇਸੇ ਦੌਰਾਨ ਜਿਹੜਾ CCTV ਫੁਟੇਜ ਅਤੇ ਹੋਰ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ ਕੁਛ ਬੰਦਿਆਂ ਨੂੰ ਇਸ ਕੇਸ ਦੇ ਵਿੱਚ ਪੁੱਛਗਿੱਛ ਕੀਤੀ ਸੀ ਕੁਛ ਟੈਕਨੀਕਲ ਸਪੋਰਟ ਲਈ ਕੁਛ ਅਸੀਂ ਜਿਹੜੇ ਐਕਸਪਰਟ ਸੀਗੇ ਸਾਡੇ ਲੈਬਸ ਦੇ ਉਹਨਾਂ ਰਾਹੀਂ ਫੁਟੇਜ ਚੈੱਕ ਕਰਵਾ ਕੇ ਜਿਹੜੇ ਉਹ ਦੋਸ਼ੀ ਸੀਗੇ ਅਸੀਂ ਉਹ ਕਲੀਅਰ ਕਰ ਲਏ ਜਿਨ੍ਹਾਂ ਦੇ ਵਿੱਚੋਂ ਇੱਕ ਉਹ ਮਰਨ ਵਾਲੀ ਲੇਡੀ ਦੇ ਜੇਠ ਦਾ ਲੜਕਾ ਹੈ ਰਜਿੰਦਰ ਸਿੰਘ ਬੌਬੀ ਉਹਦੀ ਸਾਰੀ ਸਾਜ਼ਿਸ਼ ਸੀ ਉਹਦੇ ਤਹਿਤ ਉਹਦਾ ਇੱਕ ਦੋਸਤ ਹੈ ਸ਼ਿਵਿੰਦਰ ਸਿੰਘ ਉਰਫ ਜਿਹੜਾ ਬਿੰਦਰ ਉਹ ਟਿੱਬੇ ਪਿੰਡ ਦਾ ਰਹਿਣ ਵਾਲਾ ਸੀ ਅਤੇ ਤੀਸਰਾ ਜਿਹੜਾ ਬੰਦਾ ਮੋਟਰਸਾਈਕਲ ਦੇ ਨਾਲ ਉਹਦੇ ਆਇਆ ਸੀ ਉਹ ਇੱਕ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਉਹ ਬਿੰਦਰ ਦਾ ਦੋਸਤ ਸੀ ਉਹਨੂੰ ਨਾਲ ਲੈ ਕੇ ਆ ਕੇ ਉਹਨਾਂ ਨੇ ਇਹ ਮਰਡਰ ਕੀਤਾ ਸੀ ਇਹਦੇ ਰਜਿੰਦਰ ਸਿੰਘ ਬੌਬੀ ਦੇ ਕਹਿਣ 'ਤੇ ਇਹਨਾਂ ਦਾ ਕਿਉਂਕਿ ਇਹਨਾਂ ਦਾ ਜ਼ਮੀਨੀ ਤਕਰਾਰ ਚੱਲਦਾ ਸੀ ਅਤੇ ਜਿਹੜਾ ਘਰ ਹੈ ਰਜਿੰਦਰ ਸਿੰਘ ਬੌਬੀ ਦਾ ਉਹਦਾ ਵੀ ਜਿਹੜੀ ਮਾਲਕੀ ਹੈ ਉਸ ਮਰਨ ਵਾਲੀ ਲੇਡੀ ਦੇ ਨਾਮ 'ਤੇ ਸੀ ਜਿਹਦੇ ਕਰਕੇ ਇਹਦੇ ਰਜਿੰਦਰ ਸਿੰਘ ਬੌਬੀ ਦੇ ਕਹਿਣ 'ਤੇ ਬਿੰਦਰ ਅਤੇ ਉਹਦੇ ਦੋ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਉਹਨਾਂ ਦੋਵਾਂ ਨੇ ਰਲ ਕੇ ਇਹਦਾ ਮਰਡਰ ਕੀਤਾ ਸੀ ਜਿਹੜਾ ਸ਼ਿਵਿੰਦਰ ਸਿੰਘ ਉਰਫ ਬਿੰਦਰ ਹੈ ਇਹ ਪਹਿਲਾਂ ਵੀ ਇੱਕ ਮਰਡਰ ਕੇਸ ਦੇ ਵਿੱਚ ਸਜ਼ਾ ਕੱਟ ਚੁੱਕਾ ਹੈ ਹੁਣ ਇਹ ਜਿਹੜਾ ਇਹਦੇ ਇਹਦਾ ਦੋਸਤ ਸੀਗਾ ਇਹ ਬਹੁਤ ਜ਼ਿਆਦਾ ਨਜ਼ਦੀਕੀ ਇਹਨਾਂ ਦੇ ਆਪਸੀ ਪੁਰਾਣਾ ਲੈਣ ਦੇਣ ਵੀ ਚੱਲਦਾ ਸੀ ਇਕੱਠੇ ਇਹ ਟਰੱਕ ਵੀ ਚਲਾਉਂਦੇ ਰਹੇ ਆ ਜਿਹੜਾ ਬਿੰਦਰ ਹੈ ਅਤੇ ਰਜਿੰਦਰ ਸਿੰਘ ਉਰਫ ਬੌਬੀ ਨਹੀਂ ਇਹਦਾ ਅੱਜ ਦੀ ਹੁਣ ਤੱਕ ਦੀ ਪੁੱਛਗਿੱਛੇ ਦਾ ਇੱਕ ਮਰਡਰ ਇਹਨੇ ਕੀਤਾ ਸੀ ਉਹਦੇ ਵਿੱਚ ਇਹ ਸਜ਼ਾ ਹੋ ਗਿਆ ਸੀ ਸਜ਼ਾ ਕੱਟ ਕੇ ਬਾਹਰ ਆਇਆ ਹੋਇਆ ਅਜੇ ਇਹਨਾਂ ਦਾ ਰਿਮਾਂਡ ਸਵੇਰੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਅਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰਾਂਗੇ